ਦਰਮਿਆਨ। ਕਹਿੰਦੇ ਜੀ ਸਭ ਦੀਆਂ ਨਜ਼ਰਾਂ ਹਰਿਆਣਾ ਚੋਣਾਂ ਅਤੇ ਉਹ ਤੋਂ ਦਰਮਿਆਨ ਪੰਚਾਇਤੀ ਚੋਣਾਂ, ਕਿਉਂਕਿ ਹਰਿਆਣਾ ਚੋਣਾਂ ਤੋਂ ਬਾਅਦ ਤੁਰੰਤ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ ਸੰਭਾਵਨਾ ਬਣ ਗਈ ਆ। ਜਿਵੇਂ ਕਿਹਾ ਕਿ 20 ਤਰੀਕ ਤੱਕ ਕਰਾਓ, 20 ਅਕਤੂਬਰ ਤੱਕ, ਅਤੇ ਉਸ ਹਵਾਲੇ ਨਾਲ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਵੱਡਾ ਫੇਰਬਦਲ ਹੋ ਸਕਦਾ। ਚਲੋ ਜੀ, ਪੰਚਾਇਤੀ ਚੋਣਾਂ ਦੀ ਗੱਲ ਆ ਤਾਂ ਪੰਚਾਇਤੀ ਚੋਣਾਂ ਦੇ ਲਈ ਬਾਕਾਇਦਾ ਤੌਰ 'ਤੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਜਿਹੜੇ ਚੋਣ ਨਿਸ਼ਾਨ ਜਾਰੀ ਕੀਤੇ ਆ ਉਹਨਾਂ ਦੀ ਸੂਚੀ ਜਨਤਕ ਹੋ ਗਈ ਹੈ। 38 ਦੇ ਕਰੀਬ ਸਰਪੰਚਾਂ ਲਈ ਚੋਣ ਨਿਸ਼ਾਨ ਨੇ, ਉਹਨਾਂ 'ਚੋਂ ਚੁਣ ਸਕਦੇ ਨੇ ਸਰਪੰਚ, ਅਤੇ 70 ਦੇ ਕਰੀਬ ਪੰਚਾਂ ਲਈ ਚੋਣ ਨਿਸ਼ਾਨ ਜਾਰੀ ਕੀਤੇ ਨੇ, ਉਹਨਾਂ 'ਚੋਂ ਪੰਜ ਚੁਣ ਸਕਦੇ ਨੇ। ਜਿਹੜਾ ਜਿਹੜਾ ਆਪਣੇ ਆਪਣੇ ਪਿੰਡ ਦੇ ਹਿਸਾਬ ਨਾਲ ਚੁਣਨਾ ਹੋਵੇ, ਉਹ ਚੁਆਇਸ ਹੁੰਦੀ ਹੈ ਕਿ ਵੀ ਆਹ ਦੇਤਾ ਇਹਨਾਂ 'ਚੋਂ ਚੁਣ ਲਓ, ਹੈ ਨਾ, ਇੱਦਾਂ। ਸੋ ਉੱਧਰ ਦੂਸਰੇ ਪਾਸੇ ਜਿਹੜਾ ਮੰਨਿਆ ਜਾ ਰਿਹਾ ਸੀ ਕਿ 13-14 ਤਰੀਕ ਦੇ ਨੇੜੇ ਤੇੜੇ, 12 ਤਰੀਕ ਦਾ ਦੁਸ਼ਹਿਰਾ ਅਤੇ 13 ਜਾਂ 14 ਨੂੰ ਸਰਪੰਚ ਵਾਲੀ ਚੋਣ ਹੋ ਸਕਦੀ ਹੈ, 13 ਤੋਂ 17 ਤਰੀਕ ਉਹਦੇ ਦਰਮਿਆਨ, ਹੁਣ ਕਹਿੰਦੇ 15 ਤੱਕ ਦੇ ਵਿਚਾਰ ਕੀਤਾ ਜਾ ਰਿਹਾ ਕਿ 15 ਤਰੀਕ ਨੂੰ ਪੰਚਾਇਤੀ ਚੋਣਾਂ, ਥੋੜ੍ਹਾ ਜਿਹਾ ਦੁਸ਼ਹਿਰੇ ਵਾਲਾ ਕਹਿੰਦੇ 2 ਦਿਨ ਲੰਘ ਜਾਣ, ਉਹ ਤੋਂ ਬਾਅਦ ਫਿਰ ਵੀ। ਇਸ ਲਈ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਦੀ ਸੰਭਾਵਨਾ। ਵੈਸੇ ਪੰਚਾਇਤ ਵਿਭਾਗ ਨੇ ਆਪਣਾ ਕੰਮ ਨਿਬੇੜਤਾ, ਹੁਣ ਗੇਂਦ ਚੋਣ ਕਮਿਸ਼ਨ ਪੰਜਾਬ ਰਾਜ ਚੋਣ ਕਮਿਸ਼ਨ ਦੇ ਪਾਲੇ 'ਚ ਹੈ, ਅਤੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਵੀ ਬਕਾਇਦਾ ਤੌਰ 'ਤੇ ਡੀਸੀਆਂ ਨਾਲ ਔਨਲਾਈਨ ਮੀਟਿੰਗ ਕਰ ਲਈ ਸੀ, ਉਹਨਾਂ ਨੂੰ ਰਾਖਵੇਂ ਕਰਨੀ ਰੋਟੇਸ਼ਨ ਵਾਲੇ ਹਵਾਲੇ ਨਾਲ, ਅਤੇ ਹੁਣ ਉਹਦੀ ਰਿਪੋਰਟ ਵੀ ਮੰਗ ਲਈ ਹੈ। ਕਹਿੰਦੇ ਬਕਾਇਦਾ ਤੌਰ 'ਤੇ ਕਿਹਾ ਗਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਜਾਰੀ ਹੋ ਗਈ ਹੈ ਕਿ ਉਹ ਰਿਪੋਰਟ ਸਾਨੂੰ ਉਪਲਬਧ ਕਰਾਓ, ਅਤੇ ਉਹਦੇ ਹਵਾਲੇ ਨਾਲ ਕਹਿੰਦੇ 24 ਜਾਂ 25 ਤਰੀਕ ਨੂੰ, ਮਤਲਬ ਕੱਲ੍ਹ ਤੋਂ ਬਾਅਦ 24 ਜਾਂ 25 ਤਰੀਕ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਤਰੀਕ ਐਲਾਨ ਸਕਦਾ, ਜਿਹੜੀ ਤਰੀਕ 15 ਅਕਤੂਬਰ ਹੋ ਸਕਦੀ ਹੈ, ਪਰ 13 ਤੋਂ 17 ਦੇ ਵਿੱਚ ਵਿੱਚ ਪੰਚਾਇਤੀ ਚੋਣਾਂ ਹੋਣ ਦੀ ਪੂਰੀ ਸੰਭਾਵਨਾ। ਜਦੋਂ ਕਿ ਇੱਕ ਪਹਿਲੂ ਇਹ ਹੁਣ ਜ਼ਰੂਰ ਉੱਭਰ ਲੱਗਿਆ ਕਿ ਝੋਨੇ ਦੀ ਵਢਾਈ ਸਿਰ 'ਤੇ ਆ, ਉਹਨਾਂ ਦਿਨਾਂ 'ਚ ਝੋਨੇ ਦੀ ਵਢਾਈ ਚੱਲਦੀ ਹੋਣੀ, ਅਤੇ ਉੱਧਰ ਮੰਡੀਆਂ ਦਾ ਕੰਮ ਚੱਲਦਾ ਹੋਣਾ, ਉਹ ਸਾਰੀ ਪ੍ਰਕਿਰਿਆ ਦੇ ਵਿੱਚ, ਹੈ ਨਾ, ਕੀ ਪਿੰਡਾਂ ਦੇ ਵਿੱਚ ਇਹ ਮਾਹੌਲ ਬਣੂਗਾ, ਪੰਚਾਇਤੀ ਕੀ ਇਹ ਸਹੀ ਹੈ, ਜਾਂ ਉਸ ਮਾਹੌਲ ਦੀ ਆੜ ਦੇ ਵਿੱਚ ਆਪਣੇ ਸਰਪੰਚ ਪੰਚ ਬਣਾਉਣ ਦੀ ਕਵਾਇਦ ਹੈ, ਜੋ ਵੀ ਹੋਵੇ। ਪਰ ਫਿਲਹਾਲ ਇੱਕ ਪਾਸੇ ਇਹ ਚਰਚਾ ਜ਼ੋਰ ਫੜ ਰਹੀ ਹੈ, ਦੂਸਰੇ ਪਾਸੇ ਇਹ ਚਰਚਾ ਸਾਫ਼ ਹੈ ਕਿ ਜੀ ਕਿ 15 ਅਕਤੂਬਰ ਤੱਕ ਹੈ ਜਾਂ 15 ਅਕਤੂਬਰ ਨੂੰ ਪੰਜਾਬ ਦੀਆਂ ਪੰਚਾਇਤੀ ਚੋਣਾਂ ਹੋ ਸਕਦੀਆਂ। ਉਹ ਤੋਂ ਬਾਅਦ ਫਿਰ ਆਪਾਂ ਗੱਲ ਕਰਕੇ ਹਟੇ ਫਿਰ ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ ਅਤੇ ਨਗਰ ਨਿਗਮ ਨਗਰ ਕੌਂਸਲ ਵਾਲੀਆਂ, ਉਹ ਸਾਰੀਆਂ ਚੋਣਾਂ ਹੋਣੀਆਂ। ਪਰ ਜਿਹੜੇ ਚੋਣ ਨਿਸ਼ਾਨ ਜਾਰੀ ਹੋਏ, ਜੇਕਰ ਮੈਂ ਉਹਨਾਂ ਦੀ ਗੱਲ ਕਰਾਂ ਤਾਂ ਸਰਪੰਚਾਂ ਨੇ, ਸਰਪੰਚਾਂ ਦੇ ਲਈ 38 ਦੇ ਕਰੀਬ ਚੋਣ ਨਿਸ਼ਾਨ ਨੇ ਜਿਨ੍ਹਾਂ 'ਚੋਂ ਸਰਪੰਚਾਂ ਨੇ ਆਪਣਾ ਚੋਣ ਨਿਸ਼ਾਨ ਚੁਣਨਾ। ਹੈਂ, ਇਹ ਪੰਜਾਬ ਦੇ ਸੱਭਿਆਚਾਰ ਨਾਲ, ਖੇਤੀਬਾੜੀ ਦੇ ਧੁਰੇ ਵਾਲੇ ਘੁੰਮਦੇ ਦੇ ਦੁਆਲੇ ਵੀ ਹੈ, ਅਤੇ ਨਵੀਂ ਟੈਕਨੋਲੋਜੀ ਦਾ ਝਲਕਾਰਾ ਵੀ ਇਹਨਾਂ 'ਚ, ਹੈ ਨਾ। ਕਿਉਂਕਿ ਹੁਣ ਸਾਫ਼ ਹੈ ਕਿ ਜਿਹੜੀ ਸੋਧ ਹੋ ਗਈ ਦੇ ਹਿਸਾਬ ਨਾਲ ਕੋਈ ਵੀ ਪਾਰਟੀ ਆਪਣੇ ਚੋਣ ਨਿਸ਼ਾਨ 'ਤੇ ਪੰਚਾਇਤ ਨਹੀਂ ਲੜੂਗੀ, ਕਿਸੇ ਪਾਰਟੀ ਦੇ ਚੋਣ ਨਿਸ਼ਾਨ 'ਤੇ। ਵੈਸੇ ਬਹੁਗਿਣਤੀ ਪਹਿਲਾਂ ਕਦੇ ਨਹੀਂ ਹੋਇਆ ਇੱਦਾਂ, ਪਰ ਫਿਰ ਵੀ ਆਹ ਚੋਣ ਨਿਸ਼ਾਨ ਦੇ ਹਵਾਲੇ ਆਪਾਂ ਝਾਤ ਮਾਰਦੇ ਹਾਂ। ਸਰਪੰਚਾਂ ਦੇ ਲਈ ਚੋਣ ਨਿਸ਼ਾਨ ਬਾਲਟੀ ਹੋ ਸਕਦਾ ਜੀ, ਚਿੜੀ ਬੱਲਾ ਹੋ ਸਕਦਾ ਜੀ, CCTV ਕੈਮਰਾ ਹੋ ਸਕਦਾ ਜੀ, ਚੱਕੀ ਹੋ ਸਕਦੀ ਹੈ, ਕੰਘਾ ਹੋ ਸਕਦਾ ਹੈ, ਵੇਲਣਾ ਹੋ ਸਕਦਾ ਹੈ, ਚੂੜੀਆਂ ਚੋਣ ਨਿਸ਼ਾਨ ਲੈ ਸਕਦੇ ਨੇ ਉਹ, ਮਤਲਬ ਜਿੱਥੇ ਮਹਿਲਾ ਹੋਵੇ ਰਾਖਵੀਂ ਉੱਥੇ ਚੂੜੀਆਂ ਵੀ ਲੈ ਸਕਦੀ ਹੈ ਅਗਲੀ, ਹੈ ਨਾ। ਸੋ ਬੰਦੇਲੀ ਵੀ ਲੈ ਸਕਦਾ, ਮਰਜ਼ੀ ਹੈ, ਵੈਸੇ ਆਪਾਂ ਗੱਲ ਕਰਦੇ ਹਾਂ। ਕੈਮਰਾ ਹੈ, ਫਿਰ ਫੁਹਾਰਾ, ਹੈ ਨਾ ਜੀ, ਅਤੇ ਕੋਈ ਗਿਫਟ ਪੈਕ ਜਿਵੇਂ ਤੋਹਫਾ ਕਹਿੰਦੇ ਆ ਉਹਨੂੰ, ਹੈ ਨਾ, ਅੰਗੂਰਾਂ ਦਾ ਗੁੱਛਾ, ਹੈ ਨਾ, ਹੈੱਡਫੋਨ, ਲੈਟਰ ਬੋਕਸ, ਅਤੇ ਚਾਹੇ ਹੁਣ ਨਹੀਂ ਰਹੇ ਲੈਟਰ ਬੋਕਸ ਪਰ ਫਿਰ ਵੀ ਚਲੋ, ਹੈ ਨਾ, ਲੈਪਟੋਪ, ਖੁਰਪਾ, ਲਾਈਟਰ, ਲੰਚ ਬੋਕਸ, ਕਹਿੰਦੇ ਜੀ ਮੈਕ, ਮਿਕਸੀ, ਨਹੁੰ ਕੱਟਣ ਵਾਲਾ ਨਹੁੰ ਕੱਟਰ, ਹਾਰ, ਹੈ ਨਾ ਜੀ,
ਇਸੇ ਤਰ੍ਹਾਂ ਟਾਈ ਜੀ ਕਹਿੰਦੇ ਗਲੇ ਵਾਲੀ, ਪੈਨ ਡਰਾਈਵ, ਘੜਾ ਹੈ, ਪੈਨ ਸਟੈਂਡ, ਪੰਜਾਬੀ ਜੁੱਤੀ, ਪੈਟਰੋਲ ਪੰਪ ਵਾਲਾ ਉਹ ਮਸ਼ੀਨ ਵਾਲਾ ਨਿਸ਼ਾਨ, ਫਰਿੱਜ ਹੈ, ਰੋਡ ਰੋਲਰ, ਕਹੀ ਹੈ ਜੀ, ਸ਼ਟਰ, ਟਰੈਕਟਰ ਹੈ ਨਾ, ਟਰੋਫੀ, ਟੈਲੀਫੋਨ, ਟੈਲੀਵਿਜ਼ਨ ਹੈ, ਅਤੇ ਜੀ ਇਸੇ ਤਰ੍ਹਾਂ ਟੇਬਲ ਫੈਨ, ਮਤਲਬ ਮੇਜ਼ ਵਾਲਾ ਪੱਖਾ ਹੈ ਨਾ, ਦਰਖਤ, ਅਤੇ ਜੀ ਖਿੜਕੀ ਤਾਕੀ ਜਿਹੜੀ ਆਪਣੇ ਹੈ ਨਾ ਉਹਦੀ। ਸੋ ਇੱਦਾਂ ਦੇ ਚੋਣ ਨਿਸ਼ਾਨ ਜਿਹੜੇ ਸਰਪੰਚਾਂ ਲਈ ਜਾ ਰਹੇ ਹੋਏ ਨੇ। ਇਸੇ ਤਰ੍ਹਾਂ ਪੰਚਾਂ ਲਈ ਜਿਹੜੇ 70 ਦੇ ਕਰੀਬ ਚੋਣ ਨਿਸ਼ਾਨ ਨੇ, ਉਹਨਾਂ 'ਚੋਂ ਕੁਝ ਦੀ ਜੇਕਰ ਮੈਂ ਗੱਲ ਕਰਾਂ ਤਾਂ ਉਹ ਕੈਰਮ ਬੋਰਡ ਹੋ ਸਕਦਾ ਜੀ ਪੰਚਾਂ ਲਈ, ਕਿਸ਼ਤੀ ਹੈਗੀ ਆ, ਬੈਲਟ ਹੈਗੀ ਹੈ, ਹੈਂ ਚਟਾਈ ਹੈਗੀ ਹੈ, ਸੇਵ ਹੈਗਾ, ਹੈਂ ਬੱਲੇਬਾਜ਼ ਬੈਟਿੰਗ ਕਰਦਾ ਹੈਗਾ, ਕੰਪਿਊਟਰ ਦਾ ਮਾਊਸ ਲੈ ਸਕਦੇ ਨੇ ਪੰਚ, ਕਾਰ ਹੈਗੀ ਉਹਨਾਂ ਲਈ ਚੋਣ ਨਿਸ਼ਾਨ, ਕੇਕ ਹੈਗਾ ਹੈ ਨਾ ਜੀ, ਡੀਜ਼ਲ ਵਾਲਾ ਪੰਪ ਹੈਗਾ ਹੈ ਨਾ, ਡੰਬਲ ਹੈਗੇ ਜਿਹੜੇ ਉਹ ਚੱਕਣ ਵਾਲੇ ਹੁੰਦੇ ਨੇ ਜਿੰਮਾਂ ਦੇ ਵਿੱਚ, ਫਿਰ ਡਰਿੱਲ ਮਸ਼ੀਨ ਹੈਗੀ, ਮਿੱਟੀ ਦਾ ਦੀਵਾ ਹੈ ਨਾ, ਬਿਜਲੀ ਵਾਲਾ ਖੰਭਾ, ਕੰਨਾਂ ਵਾਲੀ ਮਸ਼ੀਨ ਹੈ ਨਾ ਜੀ, ਅਤੇ ਕੰਨਾਂ ਦੀਆਂ ਬਾਲੀਆਂ ਹੈ, ਬਾਂਸਰੀ, ਫੁੱਟਬਾਲ ਹੈ, ਹਰੀ ਮਿਰਚ, ਗੈਸ ਸਿਲੰਡਰ, ਗੈਸ ਚੁੱਲ੍ਹਾ ਹੈ ਨਾ ਜੀ, ਗਲਾਸ, ਹੈਲਮਟ ਹੈ, ਅਤੇ ਜੀ ਇਸੇ ਤਰ੍ਹਾਂ ਹਰਮੋਨੀਅਮ, ਬਾਜਾ, ਹਾਕੀ ਅਤੇ ਬਾਲ ਸਣੇ 70 ਦੇ ਕਰੀਬ ਚੋਣ ਨਿਸ਼ਾਨ ਨੇ ਜਿਹੜੇ ਪੰਚਾਂ ਲਈ ਉਪਲਬਧ ਕਰਵਾਏ ਗਏ ਨੇ। ਸੋ ਇਹਨਾਂ 'ਚੋਂ ਜਿਨ੍ਹਾਂ ਨੇ ਚੁਣਨੇ ਆ ਉਹ ਚੁਣ ਲੈਣਗੇ ਜੀ। ਪਰ ਪੰਚਾਇਤੀ ਚੋਣਾਂ ਦੀ ਹੁਣ ਚਰਚਾ ਪਿੰਡਾਂ 'ਚ ਤੁਰ ਪਈ ਆ, ਅਤੇ ਜਿੱਦਾਂ ਹੀ 24 ਜਾਂ 25 ਤਰੀਕ ਨੂੰ ਤਰੀਕ ਐਲਾਨੀ ਜਾਂਦੀ ਹੈ, ਜੇਕਰ ਉਹਦੇ ਵਿੱਚ ਕੋਈ ਹਿਲਜੁਲ ਝੋਨੇ ਨੂੰ ਲੈ ਕੇ, ਤਿਉਹਾਰਾਂ ਨੂੰ ਲੈ ਕੇ ਨਹੀਂ ਹੁੰਦੀ, ਤਾਂ ਫਿਰ 20 ਤਰੀਕ ਤੋਂ ਪਹਿਲਾਂ ਦਾ ਮਤਲਬ 15 ਤਰੀਕ ਦੀ ਆਸ ਕੀਤੀ ਜਾ ਰਹੀ ਆ। ਅਤੇ ਇੱਧਰ ਹਰਿਆਣਾ ਚੋਣ ਨਤੀਜੇ ਅਤੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਤੋਂ ਬਾਅਦ ਕਿ ਇੱਕ ਵਾਰ ਫਿਰ ਸਰਕਾਰ 'ਚ ਕੋਈ ਰੱਦੋ ਬਦਲ, ਫਿਰ ਬਦਲ ਹੋ ਸਕਦਾ, ਉਹਦੀ ਵੀ ਚਰਚਾ ਖੂਬ ਹੈ।